ਸਤਿ ਸ਼੍ਰੀ ਅਕਾਲ ਜੀ, ਮੈਂ ਗਗਨਦੀਪ ਕੌਰ, 9th A ਜਮਾਤ ਦੀ ਵਿਦਿਆਰਥਣ ਹਾਂ। ਮੇਰੇ ਸਕੂਲ ਦਾ ਨਾਮ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਸ਼ਹਿਣਾ ਹੈ। ਮੈਂ ਸ਼ਹਿਣੇ ਦੀ ਰਹਿਣ ਵਾਲੀ ਹਾਂ। ਮੈਨੂੰ ਸ਼ੁਰੂ ਤੋਂ ਹੀ ਰਾਈਟਿੰਗ ਦਾ ਸ਼ੌਂਕ ਹੈ। ਮੈਨੂੰ ਖੋ ਖੋ ਬਹੁਤ ਪਸੰਦ ਹੈ। ਖੋ ਖੋ, ਬੈਡਮਿੰਟਨ, ਕਬੱਡੀ ਆਦਿ ਮੈਨੂੰ ਬਹੁਤ ਪਸੰਦ ਹਨ। ਅਤੇ ਮੈਨੂੰ ਡਾਂਸ ਵੀ ਪਸੰਦ ਹੈ। ਮੈਂ ਡਾਂਸ ਵੀ ਕਰਦੀ ਹਾਂ। ਸਾਡੇ ਸਕੂਲ ਵਿੱਚ ਡਾਂਸ ਕੰਪੀਟੀਸ਼ਨ ਕਰਵਾਇਆ ਗਿਆ ਸੀ, ਜਿਸ ਵਿੱਚ ਮੈਂ ਹਿੱਸਾ ਲਿਆ ਅਤੇ ਮੇਰੀ ਫਸਟ ਪੋਜੀਸ਼ਨ ਆਈ। ਜਦੋਂ ਮੈਂ ਘਰ ਵਿੱਚ ਵਿਹਲੀ ਹੁੰਦੀ ਹਾਂ ਤਾਂ ਮੈਂ ਆਪਣੇ ਮੰਮਾ ਦੇ ਨਾਲ ਘਰ ਦਾ ਕੰਮ ਵਿੱਚ ਹੱਥ ਵਟਾ ਦਿੰਦੀ ਹਾਂ ਅਤੇ ਪੜ੍ਹਾ ਦਿੰਦੀ ਹਾਂ ਮੇਰੇ ਛੋਟੇ ਭੈਣ ਭਰਾਵਾਂ ਨੂੰ, ਅਤੇ ਮੈਂ ਹੋਰ ਬਸ ਪੜ੍ਹਾਈ ਕਰ ਲੈਂਦੀ ਹਾਂ। ਸਕੂਲ ਇੰਚਾਰਜ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਕੋਲ ਅੱਜ ਕਿਸਮੇ ਕਿਤਨਾ ਹੈ ਦਮ ਦੀ ਟੀਮ ਜੋ ਪਹੁੰਚੀ ਹੈ। ਸਾਡੀ ਵਿਦਿਆਰਥਣ ਹੈ ਜਿਹੜੀ ਗਗਨਦੀਪ ਕੌਰ, ਸੁੰਦਰ ਲਿਖਾਈ ਰਾਈਟਿੰਗ ਕੰਪੀਟੀਸ਼ਨ ਦੇ ਵਿੱਚ ਜਿਹੜੀ ਆ ਰਾਊਂਡ ਕਲੀਅਰ ਕਰਦੀ ਹੋਈ ਫਿਨਾਲੇ ਦੇ ਵਿੱਚ ਪਹੁੰਚੀ ਹੈ। ਸੋ ਕਿਸਮੇ ਕਿਤਨਾ ਹੈ ਦਮ ਟੀਮ ਦੀ ਜਿਹੜੀ ਇਹ ਕਾਰਗੁਜ਼ਾਰੀ ਹੈ ਵਿਦਿਆਰਥੀਆਂ ਨੂੰ, ਜਿਸ ਦੇ ਨਾਲ ਵਿਦਿਆਰਥੀ ਛੁਪੀ ਹੋਈ ਪ੍ਰਤਿਭਾ ਨੂੰ ਉਭਾਰ ਰਹੇ ਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਸਾਡੇ ਵੱਲੋਂ ਸ਼ੁਭ ਇੱਛਾਵਾਂ। ਸਾਡੀ ਜਿਹੜੀ ਵਿਦਿਆਰਥਣ ਆ ਉਹ ਫਿਨਾਲੇ ਦੇ ਵਿੱਚ ਪਹੁੰਚੀ ਆ, ਔਰ ਅਸੀਂ ਇਹ ਸ਼ੁਭ ਇੱਛਾਵਾਂ ਦਿੰਦੇ ਹਾਂ ਕਿ ਸਾਡੀ ਵਿਦਿਆਰਥਣ ਜਿੱਤ ਪ੍ਰਾਪਤ ਕਰਕੇ ਸਾਡੇ ਸਕੂਲ ਦਾ, ਸਾਡੇ ਪਿੰਡ ਦਾ, ਸਾਡੇ ਜ਼ਿਲ੍ਹੇ ਬਰਨਾਲੇ ਦਾ ਨਾਮ ਰੋਸ਼ਨ ਕਰੇਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਚਿਰਜੀਵਨ ਕੌਰ, ਹਿੰਦੀ ਮਿਸਟਰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਕੰਨਿਆ ਵਿੱਚ ਤੈਨਾਤ ਹਾਂ। ਮੇਰੀ ਕਲਾਸ ਦੀ ਵਿਦਿਆਰਥਣ ਗਗਨਦੀਪ ਕੌਰ ਕਿਸਮੇ ਕਿਤਨਾ ਹੈ ਦਮ ਕਾਰਜਕ੍ਰਮ ਵਿੱਚ ਲਿਖਾਈ ਮੁਕਾਬਲੇ ਵਿੱਚ ਫਾਈਨਲ ਰਾਊਂਡ ਵਿੱਚ ਪਹੁੰਚੀ ਹੈ। ਹਾਂਜੀ, ਵਿਦਿਆਰਥਣ ਦੀ ਲਿਖਾਈ ਬਹੁਤ ਵਧੀਆ ਹੈ, ਬਹੁਤ ਸੁੰਦਰ ਲਿਖਦੀ ਹੈ ਅਤੇ ਕਲਾਸ ਵਿੱਚ ਬਹੁਤ ਹੀ ਅਨੁਸ਼ਾਸਨ ਦੇ ਵਿੱਚ ਰਹਿੰਦੀ ਹੈ।
ਮੈਨੂੰ ਆਪਣੇ ਕੇ ਕੈਚ ਦੀ ਸ਼ੋਅ ਦਾ ਪਤਾ ਚੱਲਾ ਕਿ ਸਾਡੇ ਸਕੂਲ ਵਿੱਚ ਸਰ ਆਏ ਸੀਗੇ। ਉਹਨਾਂ ਨੇ ਸਾਨੂੰ ਇੱਕ ਕਾਰਡ ਦਿਖਾਉਂਦਿਆਂ ਦੱਸਿਆ ਸੀ ਕਿ ਵੀ ਇਸ ਵਿੱਚ ਜੇ ਤੁਸੀਂ ਹਿੱਸਾ ਲਓਗੇ ਤਾਂ ਤੁਹਾਡਾ ਤੁਸੀਂ ਟੀ ਵੀ ਸ਼ੋਅ ਵਿੱਚ ਵੀ ਆਉਂਗੇ ਅਤੇ ਤੁਹਾਨੂੰ ਜਿੱਤਣ 'ਤੇ ਸਾਨੂੰ 5 ਲੱਖ ਦੇ ਪ੍ਰਾਈਜ਼ ਵੀ ਦਿੱਤੇ ਜਾਣਗੇ ਜੇ ਅਸੀਂ ਜਿੱਤ। ਫਿਰ ਮੇਰਾ ਵੀ ਦਿਲ ਕੀਤਾ ਕਿ ਮੈਂ ਰਾਈਟਿੰਗ ਵਿੱਚ ਪਾਰਟੀਸਪੇਟ ਕਰਾਂ। ਮੇਰਾ ਫਸਟ ਰਾਊਂਡ ਭਦੌੜ ਵਿਖੇ ਹੋਇਆ ਜੀ, ਸੈਕਿੰਡ ਵੀ ਪਹਿਲਾਂ ਭਦੌੜ ਹੋਇਆ ਸੀ, ਫਿਰ ਹੰਡਿਆਏ ਹੋਇਆ ਸੀ। ਸੈਕਿੰਡ ਰਾਊਂਡ ਵੀ ਮੇਰਾ ਭਦੌੜ ਹੋਇਆ ਸੀ ਅਤੇ ਥਰਡ ਰਾਊਂਡ ਮੇਰਾ ਹੰਡਿਆਏ ਹੋਇਆ ਸੀ ਅਤੇ ਫੋਰਥ ਰਾਊਂਡ ਮੇਰਾ ਜਲਾਲੀਬਾਦ ਹੋਇਆ ਸੀ। ਹੁਣ ਮੈਂ ਫਾਈਨਲ ਵਿੱਚ ਪਹੁੰਚ ਚੁੱਕੀ ਹਾਂ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਮੈਂ ਇਸ ਵਿੱਚ ਜਿੱਤ ਕੇ ਆਵਾਂ। ਮੈਂ ਆਪਣੀ ਫੈਮਿਲੀ, ਪਿੰਡ ਅਤੇ ਸਕੂਲ ਦਾ ਨਾਮ ਵੀ ਰੋਸ਼ਨ ਕਰਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਗਗਨ ਦਾ ਡੈਡੀ ਬੋਲਦਾ ਜੀ। ਮੈਂ ਖੇਤੀਬਾੜੀ ਕਰਦਾ ਜੀ। ਨਾਮ ਜੀ ਨਿਰਮਲ ਸਿੰਘ ਹੈ ਜੀ, ਪਿੰਡ ਛੈਣਾ ਜੀ, ਖੇਤਾਂ 'ਚ ਰਹਿਣ ਵਾਲਿਆਂ ਜੀ। ਅਤੇ ਇੱਕ ਇਹਨੂੰ ਪੜ੍ਹਾਈ ਦਾ ਜੀ ਸ਼ੌਂਕ ਬਹੁਤ ਆ ਜੀ। ਬੱਚੇ ਲਾੜੇ ਰੱਖੇ ਹੋਏ ਜੀ, ਉਹ ਜੀ ਛੋਟੇ ਹੁੰਦੇ ਜੀ ਲਾੜੇ ਰੱਖੇ ਰੋਂਦੇ ਬਹੁਤ ਹੁੰਦੇ ਸੀ ਘਰ ਜੀ। ਬੱਚ ਜੀ ਕੰਮ ਧੰਦਾ ਕਰਾਈ ਜਾਂਦੇ ਜੀ, ਜਾਂ ਜੀ ਇੱਥੇ ਜਵਾਕਾਂ ਨੂੰ ਪੜ੍ਹਾਉਣ ਲੱਗ ਜਾਂਦੇ ਜੀ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਜੀ ਮੇਰੀ ਬੱਚੀ ਫਾਈਨਲ ਜਿੱਤ ਕੇ ਆਵੇ ਜੀ। ਚੋਖਾ ਵਿਆਹ ਤੇ ਆਏ ਸਨ, ਉਹ ਕਿਤੋਂ ਬਾਹਰੋਂ ਗਲੀ ਅੱਗੇ ਜਦੋਂ ਰਿਕਸ਼ਾ ਰੁਕਿਆ ਤਾਂ ਵਿਆਹ ਦੇ ਘਰ ਵਾਲਾ ਕੋਈ ਬੰਦਾ ਮਿਲ ਗਿਆ। ਆਦਮੀ ਤਾਂ ਉਹਦੇ ਨਾਲ ਗੱਲਾਂ ਕਰਨ ਲੱਗ ਪਿਆ ਤੇ ਜਨਾਨੀ ਤੇ ਸਾਰਾ ਸਮਾਨ ਉਤਰਵਾਇਆ। ਸਾਰੇ ਨੰਗ ਉਤਰ ਗਏ ਤਾਂ ਰਿਕਸ਼ੇ ਵਾਲਾ ਪੈਸੇ ਲੈ ਕੇ ਚੱਲ ਪਿਆ। ਅੱਗੇ ਜਾ ਕੇ ਇੱਕ ਥਾਂ ਤੇ ਚਾਹ ਪੀਣ ਲੱਗ ਪਿਆ। ਚਾਹ ਪੀਂਦਿਆਂ ਉਹਦੀ ਨਜ਼ਰ ਸਿੱਖ ਉੱਤੇ ਪਈ। ਇੱਕ ਪਾਸੇ ਨੁੱਕਰ ਵਿੱਚ ਲਾਲ ਰੰਗ ਦਾ ਕੱਪੜਾ ਦਾ ਪਰਸ ਪਿਆ ਸੀ। ਲਾਲ ਹੀ ਸੀਟ ਤੇ ਲਾਲ ਹੀ ਉਹ ਪਰਸ ਸੀ। ਪਰਸ ਕੀ ਸੀ? ਇਸ ਇੱਕ ਥੈਲੀ ਸੀ ਛੋਟੀ ਜਿਹੀ ਕੱਪੜੇ ਦੀ। ਨੇ ਸਾਰੇ ਕਿਸ਼ਨੇ ਨੂੰ ਚਾਹ ਪੀਣੀ ਭੁੱਲ ਗਈ। ਉਹ ਉਨੀ ਪੈਰੀ ਪਰਤਿਆ ਉਸੇ ਗਲੀ ਵੱਲ, ਉਹ ਵੀ ਅੱਗੇ ਆ ਰਹੀ ਸੀ। ਉਸ ਨੂੰ ਟੋਲਣ ਬੜੇ ਖੁਸ਼ ਹੋਏ ਉਹ। ਕਿਸ਼ਨਾ ਵੀ ਬੜਾ ਖੁਸ਼ ਸੀ। ਉਹ 10 ਦਾ ਨੋਟ ਫੜਾਉਣ ਕਿਸ਼ਨਾ ਹੱਥ ਝੋ
ਜੋੜੀ ਜਾਏ। ਮੈਂ ਆ ਗਿਆ ਅਚਾਨਕ ਉਧਰੋਂ ਦੀ ਪਤਾ ਲੱਗ ਗਈ ਗੱਲ ਛੇਤੀ ਹੀ। ਕਿਸ਼ਨਾ ਰੁਪਏ ਨਹੀਂ ਸੀ ਲੈਂਦਾ ਪਰ ਉਹ ਦੇਣਾ ਚਾਹੁੰਦੇ ਸਨ। ਮੈਨੂੰ ਕਿਸ਼ਨੇ 'ਤੇ ਤਰਸ ਆਇਆ ਅਤੇ ਪਿਆਰ ਵੀ। ਆਖਿਰ ਮੈਂ ਕਿਹਾ ਫੜ ਲੈ ਯਾਰ, ਇਨਾਮ ਦੀ ਤਾਂ ਚਪੇੜ ਵੀ ਚੰਗੀ ਲੱਗਦੀ ਹੈ। ਕਦੋਂ ਉੱਠਣਾ ਹੈ? ਮੈਂ ਕਿਹਾ ਸਤਿ ਸ਼੍ਰੀ ਅਕਾਲ, ਮੇਰਾ ਨਾਂ ਅਮਨਦੀਪ ਹੈ, ਮੇਰੇ ਕੁੜੀ ਦਾ ਨਾਂ ਗਗਨਦੀਪ ਹੈ, ਇੱਕ ਨਾਂ ਹਰਪ੍ਰੀਤ ਹੈ, ਇੱਕ ਬੇਅੰਤ ਆ ਜੀ। ਸਹਿਣਾ ਪਿੰਡ ਦੇ ਰਹਿਣ ਵਾਲੇ ਅਸੀਂ। ਗਗਨਦੀਪ ਮੇਰੀ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੈ, ਸਾਰੇ ਕਾਸੇ ਤੋਂ ਹੁਸ਼ਿਆਰ ਹੈ, ਬੱਚਿਆਂ ਨੂੰ ਵੀ ਪੜ੍ਹਾਉਂਦੀ ਹੈ, ਕੰਮ ਹੱਥਾਂ 'ਚ ਵੀ ਸਾਰਾ ਕਰਾਉਂਦੀ ਹੈ। ਰੋਂਦੀ ਵੱਧ ਸੀ, ਹੁਣ ਤਾਂ ਘੱਟ ਗਈ, ਹੁਣ ਅੱਗੇ ਉਹ ਕਰਦੀ ਸੀ, ਅੱਗੇ ਤਾਂ ਹੁਣ ਸੰਗਦੀ ਰਹਿੰਦੀ, ਅੱਜ ਤਾਂ ਵੱਧ ਘੱਟ ਕਰਦੀ ਬਹੁਤ ਜੀ। ਮੈਂ ਅਰਦਾਸ ਕਰਦੀ ਹਾਂ ਮੇਰੀ ਬੇਟੀ ਮੇਰੀ ਜਿੱਤ ਕੇ ਆਵੇ। ਸਤਿ ਸ਼੍ਰੀ ਅਕਾਲ ਜੀ, ਮੈਂ ਗਗਨ ਦੇ ਚਾਚਾ ਜੀ ਬੋਲਦੇ ਹਾਂ, ਜਗਸੀਰ ਸਿੰਘ ਮੇਰਾ ਨਾਮ ਹੈ ਜੀ, ਪਿੰਡ ਸੈਣਾ ਦੇ ਰਹਿਣ ਵਾਲਾ ਹੈ ਜੀ। ਮੇਰੀ ਭਤੀਜੀ ਗਗਨਦੀਪ ਕੌਰ ਨੂੰ ਰਾਈਟਿੰਗ ਦਾ ਬਹੁਤ ਸ਼ੌਂਕ, ਉਹ ਰਾਈਟਿੰਗ ਦੇ ਵਿੱਚ ਭਾਗ ਲੈਣਾ ਚਾਹੁੰਦੀ ਸੀ, ਮੈਂ ਉਸਦਾ ਪੂਰਾ ਸਾਥ ਦਿੱਤਾ ਜੀ। ਉਹ ਬਹੁਤ ਪਿਆਰੀ ਬੱਚੀ ਹੈ, ਬਚਪਨ ਤੋਂ ਲੈ ਕੇ ਉਹਦਾ ਸ਼ੁਰੂ ਤੋਂ ਪੜ੍ਹਾਈ ਦਾ ਸ਼ੌਂਕ ਸੀ। ਇਸ ਕਰਕੇ ਮੈਂ ਰੱਬ ਅੱਗੇ ਦੁਆ ਕਰਦਾ ਕਿ ਉਹ ਹੁਣ ਵੀ ਪ੍ਰਾਪਤ ਜਿੱਥੇ ਚਾਹ ਪੰਜਵੇਂ ਰਾਊਂਡ 'ਚ ਪਹੁੰਚ ਚੁੱਕੀ ਹੈ ਜੀ। ਰੱਬ ਅੱਗੇ ਦੁਆ ਕਰਦਾ ਵੀ ਉਹ ਹੁਣ ਵੀ ਜਿੱਤ ਪ੍ਰਾਪਤ ਕਰਕੇ ਆਵੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਂ ਸਿਮਰਜੀਤ ਸਿੰਘ ਹੈ, ਮੈਂ ਸੈਣੇ ਪਿੰਡ ਦਾ ਰਹਿਣ ਵਾਲਾ ਹਾਂ। ਗਗਨਦੀਪ ਕੌਰ ਮੇਰੀ ਭਤੀਜੀ ਹੈ ਅਤੇ ਇਸ ਨੂੰ ਖੇਡਣ ਦਾ ਅਤੇ ਪੜ੍ਹਾਈ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਇਸਨੇ ਕਿ HD 'ਚ ਭਾਗ ਲਿਆ ਅਤੇ ਇਸਦਾ ਸਾਰੀ ਪਰਿਵਾਰ ਨੇ ਸਾਡੇ ਨੇ ਬਹੁਤ ਇਹਦਾ ਸਹਿਯੋਗ ਦਿੱਤਾ। ਇਹਨੇ 4 ਰਾਊਂਡ ਜਿੱਤ ਲਏ ਨੇ, ਇਹ ਹੁਣ 5ਵੇਂ ਰਾਊਂਡ ਵਿੱਚ ਚਲੀ ਗਈ ਹੈ। ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕਰਦਾ ਹਾਂ ਵੀ ਇਹ ਪਰਮਾਤਮਾ ਵੀ 5th ਰਾਊਂਡ ਵੀ ਇਹ ਕੁੜੀ ਜਿੱਤ ਕੇ ਆਵੇ ਅਤੇ ਸਾਨੂੰ ਬਹੁਤ ਹੀ ਖੁਸ਼ੀ ਹੋਊਗੀ।
ਅਤੇ ਸਾਡਾ ਟੱਬਰ ਦਾ ਸਾਰੇ ਪਿੰਡ ਦਾ ਨਾਂ ਰੋਸ਼ਨ ਕਰੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਜੀਤ ਕੌਰ, ਸ਼ਹਿਰ ਮੇਰਾ ਭਦੌੜ ਜੀ। ਗਗਨਦੀਪ ਮੇਰੀ ਭਾਣਜੀ ਆ ਜੀ, ਅਤੇ ਉਹਨੂੰ ਖੇਡਣ ਦਾ ਅਤੇ ਪੜ੍ਹਾਈ ਦਾ ਤਾਂ ਬਹੁਤ ਸ਼ੌਂਕ ਸੀਗਾ, ਅਤੇ ਉਹਨਾਂ ਨੇ ਕੇ ਵਿੱਚ ਭਾਗ ਲਿੱਤਾ ਹੋਇਆ ਅਤੇ ਉਹਨਾਂ ਨੇ 4 ਰਾਈਂਡ ਫਾਈਨਲ ਕਰ ਲਿਆ ਹੈ, ਅਤੇ ਉਹ ਹੁਣ 5ਵੇਂ ਰਾਊਂਡ 'ਚ ਪਹੁੰਚੀ ਹੈ। ਮੇਰੇ ਰੱਬ ਅੱਗੇ ਅਰਦਾਸ ਹੈ ਕਿ ਉਹ ਵੀ ਫਾਈਨਲ ਰਾਊਂਡ ਜਿੱਤ ਕੇ ਪ੍ਰਾਪਤ ਕਰਕੇ ਵਾਪਸ ਆਵੇ। ਸਤਿ ਸ਼੍ਰੀ ਅਕਾਲ ਜੀ, ਮੈਂ ਇਹਦੀ ਮਾਮੀ ਹਾਂ ਗਗਨਦੀਪ ਦੀ ਜੀ। ਗਗਨਦੀਪ ਜੀ ਬਹੁਤ ਪੜ੍ਹਾਈ 'ਚ ਹੁਸ਼ਿਆਰ ਹੈ ਜੀ, ਸਾਨੂੰ ਇਹਦੇ ਨਾਲ ਬਹੁਤ ਪਿਆਰ ਹੈ ਜੀ। ਉਹ ਸ਼ੁਰੂ ਤੋਂ ਹੀ ਬਹੁਤ ਪੜ੍ਹਾਈ 'ਚ ਧਿਆਨ ਰੱਖਦੀ ਸੀ ਜੀ, ਇਹ ਬਹੁਤ ਜ਼ਿਆਦਾ ਵੀ ਪੜ੍ਹਾਈ 'ਚ ਧਿਆਨ ਰੱਖਦੀ, ਘਰ ਮਹਿੰਦੀ ਦਾ ਵੀ ਕੰਮ ਕਰਦੀ ਹੈ ਅਤੇ ਬੱਚਿਆਂ ਨੂੰ ਪੜ੍ਹਾਉਂਦੀ ਵੀ ਬਹੁਤ ਹੈ ਜੀ। ਅਸੀਂ ਰੱਬ ਅੱਗੇ ਇਹੀ ਅਰਦਾਸ ਕਰਦੇ ਵੀ ਹੁਣ ਵੀ ਇਹ ਫਾਈਨਲ ਮੈਚ ਜਿੱਤ ਕੇ ਆ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਹਰਮੇਲ ਸਿੰਘ, ਪਿੰਡ ਸ਼ਹਿਣਾ, ਗਗਨਦੀਪ ਮੇਰੀ ਪੋਤੀ ਹੈ ਜੀ, ਬਹੁਤ ਪਿਆਰੀ ਬੱਚੀ ਹੈ। ਮੈਨੂੰ ਮਾਂ ਨਾਲ ਪੜ੍ਹ ਲਿਖ ਕੇ ਆਪਣੇ ਪਰਿਵਾਰ ਦਾ, ਆਪਣੇ ਪਿੰਡ ਦਾ, ਆਪਣੇ ਦੇਸ਼ ਦਾ, ਪੰਜਾਬ ਦਾ ਨਾਮ ਰੋਸ਼ਨ ਕਰੇਗੀ ਜੀ। ਬਹੁਤ ਪਿਆਰੀ ਬੱਚੀ, ਮੈਨੂੰ ਬਹੁਤ ਖੁਸ਼ੀ ਹੈ ਜੀ ਇਸ ਗੱਲ 'ਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੈਮਲੀ ਦਾ ਧੰਨਵਾਦ ਕਰਦੀ ਹਾਂ ਜੋ ਮੈਨੂੰ ਸਪੋਰਟ ਕਰਦੇ ਨੇ, ਮੇਰੀ ਹਰ ਖੁਸ਼ੀ ਨੂੰ ਪਗਾਉਂਦੇ ਹਨ। ਧੰਨਵਾਦ ਕਰਦੀ ਹਾਂ ਵਰੁਣ ਸਰ ਦਾ ਅਤੇ ਕੇ ਕੈਚ ਦੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਟੈਲੈਂਟ ਦਿਖਾਉਣ ਲਈ ਇੱਕ ਮੌਕਾ ਦਿੱਤਾ। ਥੈਂਕ ਯੂ ਕੇ ਕੈਚ।